तो गाइस रेडी हो चुके हैं, हम ऐसे चलने हैं स्कूल। ओह माय गॉड पापा, बोल रहे हैं हैप्पी बर्थडे टू यू। देखो बहुत तैयार कर लिया है, तो पापा अंदर अपनी सीरीज इंजॉय कर लिया। मम्मा लाओ कैंडल्स, इको ही कैंडल मेरे स्पार्क वाली लिया है, इन आप इतने लावे इदा हो जाऊगा। सारी बेस्टी मैं खाऊंगा। कैसा लगा मेरा मजाक? हाँ मजाक ही ठीक है, असली तो है ना। गुड मॉर्निंग गाइस, एंड हम सवेर हो चुकी है, तो मीह पैना भी शुरू हो गया है। फिलहाल मैं अपनी यूनिफॉर्म पानी हाँ, तो करेले करती हाँ, तो फतेह उठता नहीं पिया तो उन्होंने उठाने जाके। सो गाइस अभी रेडी हो चुके हैं, हम अभी चलने हैं स्कूल। पेपर दिन प्लीज सू बेस्ट ऑफ लक कह दो, जो तुम सू बेस्ट ऑफ लक कहना चाहते हो लाइक करो, जो नहीं कहना चाहते फिर सबसक्राइब करो। बाय। सो गाइस अभी स्कूल और ट्यूशन सारी जगह आ चुके हैं, सॉरी असि तुम दिखा नहीं पाए क्योंकि ब्लॉग करना चेता भूल गया सी। फाइनली सी कर लग गया केक कटिंग। पापा मैं, पापा मेरा था नमी तेला यहां बनाओ, ये भी है देखो, हेल्दी खाओ ते पापा टिक नहीं आ लगया, हेल्दी रहो ते अगर को पापा हेल्दी फूड सैंडविच ते ए थोड़ा अनहेल्दी पैटीज। पापा तेरा रंग बड़ा गोरा है। वाओ मैं एक्चुअली आज थोड़ी आओ कराया फेशियल। ओ सॉस देगी आ, देखो पापा दा केक। पापा 2 साल दे हो गए। पापा दा केक नहीं, पापा दे बर्थडे दा केक। ਤੁਹਾਡਾ ਕੇਕ ਹੈ ਨਾ? ਨਾ ਨਾ, ਸੀ ਮੇਰਾ ਕੇਕ ਬਣਾ ਛੜਿਆ ਜੇ। ਹਾਂ, ਤੁਹਾਡਾ ਕੇਕ ਨਹੀਂ ਹੈ। ਹੀ ਮਾਂ, ਮਾਤਾ ਜੀ। ਤੁਹਾਡਾ ਕੇਕ ਨਹੀਂ ਹੈ। ਨਹੀਂ, ਆ ਕੀ ਆ ਆ ਨਾਲ ਇਹਦਾ ਮਤਲਬ। ਇਨ ਲਿਓ। ਇਹਨੂੰ ਇੱਥੇ ਲਾ ਦੇ। ਲਾ ਦੇ। ਓ ਮਾਈ ਗੋਡ ਪਾਪਾ। 19 ਸਾਲ ਦੇ ਵਿੱਚ ਖਾ ਕੇ ਪੇਟ ਮੋਟਾ ਹੋ ਗਿਆ। ਤੇ ਜਦੋਂ ਫਿਰ ਜ਼ੂਮ ਟੂ ਪਾਪਾ ਪੇਟ, ਤੇ ਜਦੋਂ ਫਿਰ ਫੋਟੋ ਖਿਚਾਉਣੀ ਫਿਰ ਡਿਫਿਕਲਟ ਹੈ। ਡੇਡ ਚੱਟ ਲਿਤਾ ਪਰ ਆਪਾਂ ਕਰ ਲੈਣਾ ਵਾ ਬਹੁਤ ਜਲਦੀ। ਆਪਾਂ ਮਾਰਚ ਤੋਂ ਹੋਣਾ ਫਤੇ, ਮੈਂ ਤੇ ਮਾਰਚ ਤੋਂ ਫਤੇ। ਇਹ ਕਹਿੰਦੇ ਕਿ ਇਹ ਦੋਨਾਂ ਨੇ ਗਰਾਊਂਡ ਜਾ, ਆਪਾਂ ਗਰਾਊਂਡ ਸ਼ੁਰੂ ਕਰਨੀ ਆ। ਮੈਂ ਤੇ ਪਤਲੀ ਮਿੰਨ ਤੇ ਕੋਈ ਲੋੜ ਹੀ ਨਹੀਂ ਵੀ, ਕਿਸ ਵੇ ਡਾਂਸ ਚੋ ਕਰਦੀ ਨਾ ਸੈਰ ਵੀ ਕਰਦੀ ਦਾ। ਪਾਪਾ ਮੈਂ ਖਾਣੀ ਆ ਉਸ ਵੇਲੇ ਪਚਾ ਲੈਣੀ ਆ। ਤੇ ਮੈਂ ਪਤਲੀ ਨਹੀਂ ਆ, ਕਹਿੰਦੀ ਮੰਮਾ ਅਮਨੀਤ ਕਹਿੰਦੀ ਹੈਪੀ ਬਰਥਡੇ ਮੰਮਾ। ਡੀਅਰ ਮਨਜਿੰਦਰ,
ਕਿੰਨਾ ਕੁ ਬਹਿ ਫਤਿਹ ਆ ਵੇਖ ਲਓ ਆ ਫਤਿਹ ਆ ਫਤਿਹ ਦੀ ਅੱਜ ਸਾਰੀਆਂ ਕਰਤੂਤਾਂ ਆ ਗਈਆਂ YouTube ਤੇ ਫਤਿਹ ਆ ਕੀ ਕਰਦਾ ਪਿਆ ਸਾਰਾ ਚੋਕਲੇਟ ਖਾ ਗਿਆ ਵਾ ਆ ਵੇਖੋ ਇੱਧਰ ਕਰੀ ਮੂੰਹ ਆ ਵੇਖੋ ਹੁਣ ਇੱਥੇ ਜਾਂਦੀ ਚੋਕਲੇਟ ਤੇ ਫਿਰ ਬਾਜੋ ਇੱਥੇ ਸੋ ਗਾਈਜ਼ ਮੇਰੀ ਤੇ ਫਤਿਹ ਦੀ ਲੜਾਈ ਹੋ ਗਈ ਸੀ ਤੇ ਮਤਲਬ ਪਾਪਾ ਨੇ ਫਤਿਹ ਨੂੰ ਮਾਰੀ ਮੈਂ ਉਸ ਟਾਈਮ ਤੇ ਭੱਜ ਗਿਆ ਕਿਉਂਕਿ ਜੇ ਮੈਂ ਉੱਥੇ 2 ਸੈਕਿੰਡ ਹੋਰ ਰੁਕ ਜਾਂਦੀ ਨਾ ਕਿਉਂਕਿ ਸਾਡੇ ਵਿੱਚ ਕੋਈ ਪਾਰਸ਼ਾਲੀ ਨਹੀਂ ਭੇਦਭਾਵ ਨਹੀਂ ਹੁੰਦਾ ਕੁੜੀ ਮੁੰਡੇ 'ਚ ਦੋਨਾਂ ਨੂੰ ਤਾੜ ਤਾੜ ਪੈਂਦੀਆਂ ਨੇ ਮੈਂ ਤੇ ਚੁੱਪਚਾਪ ਪਤਲੀ ਗਲੀ ਤੋਂ ਨਿਕਲ ਕੇ ਆ ਗਈ ਫਤਿਹ ਦਾ ਮੈਨੂੰ ਪਤਾ ਨਹੀਂ ਸ਼ਾਬਾਸ਼ ਸੋ ਗਾਈਜ਼ ਸਾਡਾ ਵੀ ਪੋਪਟ ਹੋ ਗਿਆ ਆਖੋ ਗੱਡੀ ਚਾਬੀ ਨਹੀਂ ਚੱਲਦੀ ਪਈ ਸੋ ਗਾਈਜ਼ ਪਾਪਾ ਵੀ ਰੈਡੀ ਹੋ ਚੁੱਕੇ ਨੇ ਤੇ ਮੈਂ ਪਾਪਾ ਦੀ ਤੁਹਾਨੂੰ ਲੁੱਕ ਦਿਖਾਉਣੀ ਆ ਪਾਪਾ ਥੋੜ੍ਹੀ ਰੋਸ਼ਨੀ 'ਚ ਚਲੋ ਜਾਓ ਜਾਓ ਚਲੋ ਦੇਖੋ ਕੈਂਟ ਮਤਲਬ ਬਾਕੀ ਆਊਟਫਿਟ ਸੇਮ ਬਸ ਉਹ ਤੋਂ ਕੋਟ ਪਾ ਲਿਆ ਸੋਹਣਾ ਜਿਹਾ ਫਤਿਹ ਦੀ ਤੇ ਪਾਪਾ ਦੀ ਮੈਚਿੰਗ ਹੋਈ ਆ ਆਈ ਐਮ ਡਿਫਰੈਂਟ ਬਲੈਕ ਐਂਡ ਰੈਡ ਲਜ਼ੀਜ਼ ਹੋਟਲ ਪਹੁੰਚ ਚੁੱਕੇ ਹਾਂ ਹੁਣ ਅਸੀਂ ਅੰਦਰ ਜਾ ਕੇ ਡਿਨਰ ਕਰਾਂਗੇ ਟੇਸਟੀ ਟੇਸਟੀ ਅੱਜ ਚੱਲੀਏ ਟ੍ਰੇਨ 'ਚ ਬੈਠ ਕੇ ਆਰਡਰ ਕਰਨ ਦੀ ਸਭ ਤੋਂ ਵੱਡੀ ਸੱਚਾਈ ਮੈਨੂੰ ਆਪਾਂ ਜੈਲੋ ਦਾਲ ਤੋਂ ਲੈ ਕੇ ਤੇ ਕੜਾਈ ਚਾਂਪ ਤੱਕ ਸਾਰਾ ਹੀ ਪੜਨਾ ਠੀਕ ਹੈ ਗੱਲਾਂ ਗੱਲਾਂ ਕਰਕੇ ਜੇ ਕਰਕੇ ਤੇ ਮੱਕੀ ਤੇ ਆਪਾਂ ਪਾਪਾ ਸਾਡਾ ਮੈਨੂੰ ਤਾਂ ਪਹਿਲਾਂ ਤਾਂ ਬੜਿਆ ਹੋਇਆ ਸ਼ਾਹੀ ਪਨੀਰ ਤੇ ਅੱਲਾ ਦਾਲ ਤੇ ਬੜਾ ਰੋਟੀ ਪਾ ਨਹੀਂ ਸਾਡਾ ਹਮੇਸ਼ਾ ਦਾ ਵਾ ਕਿਸੇ ਸ਼ਾਹੀ ਪਨੀਰ ਮੰਗਾਉਣਾ ਹੁੰਦਾ ਮਨਚੂਰੀਅਨ ਮੰਗਾਉਣਾ ਹੁੰਦਾ ਵਾ ਤੇ ਇਹੀ ਦਾਲ ਦੀ ਮੰਗਾਉਣੀ ਹੁੰਦੀ ਆ ਇਸ ਲਈ ਸਾਡਾ ਪੱਕਾ ਹੈ ਹਮੇਸ਼ਾ ਦਾ ਪੱਕਾ ਸਾਡਾ ਮੈਨੂ ਬਣਿਆ ਹੋਇਆ ਵਾ ਪਰ ਮੈਂ ਚਾਹੁੰਦਾ ਕੁਝ ਇਸ ਵਾਰ ਫਤੇ ਅਲੱਗ ਟਰਾਈ ਕਰਨਾ ਆਪਾਂ ਸ਼ਾਹੀ ਪਨੀਰ ਤੇ ਮਨਚੂਰੀਅਨ ਤੇ ਪੱਕਾ ਹੀ ਆਉਣਾ ਚਾਹੀਦਾ ਨਹੀਂ ਤਾਂ ਮੈਂ ਚੱਲੀ ਦੀ ਤੁਰ ਕੇ ਘਰ ਫਰੈਂਚ ਫ੍ਰਾਈਜ਼ ਆ ਚੁੱਕੇ ਨੇ ਐਂਡ ਨਾਓ ਵੀ ਆਰ ਗੋਇੰਗ ਟੂ ਈਟ ਐਂਡ ਇੰਜੋਏ ਮੈਂ ਆਪਣੀ ਰੋਟੀ ਬਿਲਕੁਲ ਫਿਨਿਸ਼ ਕਰ ਲਈ ਹੈ ਤੇ ਫਤਿਹ ਅਜੇ ਖਾਂਦਾ ਪਿਆ ਇਹਦਾ ਤੇ ਟੇਢ ਹੀ ਭਰਦਾ ਪਿਆ ਮਤਲਬ ਉਹ ਇੱਕ ਰੋਟੀ ਧਰ ਕੇ ਜਾਂਦੇ ਆ ਫਿਰ ਮੰਗਾ ਲੈਂਦਾ ਵਾ ਫਿਰ ਧਰ ਕੇ ਜਾਂਦੇ ਫਿਰ ਮੰਗਾ ਲੈਂਦਾ ਵਾ ਪ੍ਰੋਬਲਮ ਕੀ ਆ ਘਰ ਘਰ ਵੀ ਖਾ ਲਿਆ ਕਰ ਬਸ ਤਾਂ ਹੀ ਨਹੀਂ ਮੈਂ ਜ਼ੋਰ ਦੀ ਬੋਲਦੀ ਕਰਨੀ ਤੇਨੇ ਬੇਇੱਜ਼ਤੀ ਹੁੰਦੀ ਹੈ ਹਾਂਜੀ ਦੋਸਤੋ ਬਰਥਡੇ ਪਾਰਟੀ ਹੋ ਗਈ ਆ ਤੇ ਵਧੀਆ ਰਿਹਾ ਸਾਡਾ ਅੱਜ ਦਿਨ ਤੇ ਗਿਫਟ ਕੋਈ ਨਹੀਂ ਮਿਲਿਆ ਮੈਂ ਵੈਸੇ ਕਿਹਾ ਕੋਈ ਨਹੀਂ ਚਾਹੀਦਾ ਕੋਈ ਗੱਲ ਨਹੀਂ ਫਤਿਹ ਦੇ ਬਰਥਡੇ ਤੇ ਆਪਾਂ ਧਮਾਲ ਕਰਾਂਗੇ 24 ਤਰੀਕ ਨੂੰ ਮੇਰਾ ਬਰਥਡੇ ਚੇਤਾ ਨਹੀਂ ਹੁੰਦਾ ਇਹ ਪਾਪਾ ਦਾ ਪਿਛਲੇ ਬਰਥਡੇ ਦਾ ਗਿਫਟ ਹਾਂ ਤੇ ਸੋ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਤੇ ਇੰਜੋਏ ਕੀਤਾ ਕੱਲ ਸਾਡਾ ਪੇਪਰ ਐਸੀ ਪੜਿਆ ਤੇ ਹੁਣ ਫਿਲਹਾਲ ਆਪਾਂ ਜਾ ਰਹੇ ਹਾਂ ਘਰ ਤੇ ਸੋਚਿਆ ਵਲੌਗ ਦੀ ਐਂਡਿੰਗ ਇੱਥੇ ਕਰਕੇ ਜਾਂਦੇ ਹਾਂ ਤੇ ਸੋ ਜਿਨ੍ਹਾਂ ਨੇ ਵੀ ਬੈਸਟ ਵਿਸ਼ਸ ਭੇਜਣੀਆਂ ਵੈਲਕਮ ਭੇਜ ਸਕਦੇ ਆ ਕਮੈਂਟ 'ਚ ਤੇ ਕਮੈਂਟ 'ਚ ਆਪਾਂ ਉਹਨਾਂ ਨੂੰ ਰਿਪਲਾਈ ਵੀ ਕਰਾਂਗੇ ਸਾਰਿਆਂ ਨੂੰ ਤੇ ਤੁਹਾਨੂੰ ਸਾਡਾ ਇਹ ਵਲੌਗ ਕਿਵੇਂ ਦਾ ਲੱਗਾ ਘੱਟੀ ਲਾ ਲਿਓ ਬਸ ਇੱਕ ਹੋਰ ਤੁਹਾਨੂੰ ਖਾਸ ਗੱਲ ਦੱਸੀ ਹੈ ਕਿ ਸਬਸਕ੍ਰਾਈਬਰ ਬਹੁਤ ਫਾਸਟਲੀ ਵਧ ਰਹੇ ਆ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਖੁਦ ਜਾ ਕੇ ਚੈੱਕ ਕਰ ਸਕਦੇ ਆ ਕਿ ਸ਼ਾਰਟਸ ਵਗੈਰਾ ਹੀ ਪਾ ਰਹੇ ਆ ਤੇ ਵਧੀਆ ਸਬਸਕ੍ਰਾਈਬਰ ਚੱਲ ਰਹੇ ਸਾਡੇ ਪੇਪਰ ਖਤਮ ਹੋ ਜਾਣਗੇ ਫਿਰ ਹੋਰ ਇੰਟਰਸਟਿੰਗ ਸ਼ਾਰਟਸ ਆਪਾਂ ਪਾਇਆ ਕਰਾਂਗੇ ਫਿਰ ਵਧੀਆ ਕਰਾਂਗੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਆਪਾਂ ਹੁਣ ਜਾ ਰਹੇ ਆਪਣੇ ਘਰ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਤੇ ਥੈਂਕਸ ਸਾਡਾ ਵਲੌਗ ਦੇਖਣ ਵਾਸਤੇ ਪਰੀ ਸਤਿ ਸ਼੍ਰੀ ਅਕਾਲ ਠੀਕ ਹੈ ਯਾਦ ਫਤਿਹ ਦੀ ਘੰਟੀ ਯਾਦ